ਸਾਈਂ ਜੀ ਸਾਰਿਆਂ ਨੂੰ, ਅੱਜ ਆਪਾਂ ਆਏ ਹਾਂ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਨਕੋਦਰ 'ਤੇ। ਆਓ ਅੰਦਰ ਚੱਲਦੇ ਹਾਂ, ਦਰਸ਼ਨ ਕਰਦੇ ਹਾਂ, ਨਾਲੇ ਤੁਹਾਨੂੰ ਕਰਾਉਂਦੇ ਹਾਂ। ਜਦੋਂ ਆਪਾਂ ਦਰਬਾਰ ਦੇ ਅੰਦਰ ਐਂਟਰ ਕਰਦੇ ਹਾਂ ਤਾਂ ਫਰੰਟ 'ਤੇ ਇੱਕ ਬਹੁਤ ਵੱਡੀ ਸਟੇਜ ਬਣੀ ਹੋਈ ਹੈ। ਜਦੋਂ ਮੇਲਾ ਲੱਗਦਾ ਹੈ ਤਾਂ ਇੱਥੇ ਹੀ ਸਟੇਜ ਲੱਗਦੀ ਹੈ ਅਤੇ ਸੰਗਤ ਇੱਥੇ ਬੈਠਦੀ ਹੈ। ਦਰਬਾਰ ਦੇ ਅੰਦਰ ਮੱਥਾ ਟੇਕਣ ਜਾਣ ਲਈ ਇਸ ਗੇਟ ਤੋਂ ਐਂਟਰੀ ਹੁੰਦੀ ਹੈ, ਬਟ ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਅਤੇ ਆਪਾਂ ਦੂਸਰੇ ਗੇਟ ਤੋਂ ਅੰਦਰ ਚੱਲਦੇ ਹਾਂ ਅਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਆ ਜਾਓ ਚਲੀਏ। ਦਰਬਾਰ ਦੇ ਅੰਦਰ ਆਪਾਂ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਚੱਲਦੇ ਹਾਂ ਬਾਪੂ ਜੀ ਦਾ ਆਰਾਮ ਘਰ ਵੱਲ, ਜਿੱਥੇ ਕਿ ਬਾਪੂ ਜੀ ਦਾ ਰਿਕਸ਼ਾ ਵੀ ਪਿਆ ਹੈ ਅਤੇ ਹੋਰ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਬਾਪੂ ਜੀ ਦਾ ਆਰਾਮ ਘਰ ਵੱਲ ਜਾਵੇ, ਆਓ ਚੱਲੀਏ। ਆਪਾਂ ਆ ਗਏ ਹਾਂ ਬਾਪੂ ਜੀ ਦੇ ਆਰਾਮ ਘਰ ਦੇ ਅੰਦਰ ਅਤੇ ਇੱਥੇ ਦੇਖੋ ਬਾਪੂ ਜੀ ਦਾ ਰਿਕਸ਼ਾ ਪਿਆ ਹੋਇਆ, ਕਿਉਂਕਿ ਉਹ ਰਿਕਸ਼ੇ ਦੀ ਸਵਾਰੀ ਕਰਦੇ ਸੀਗੇ, ਇਸ ਕਰਕੇ ਉਹ ਰਿਕਸ਼ਾ ਅਜੇ ਤੱਕ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਅਤੇ ਇੱਧਰ ਬਾਪੂ ਜੀ ਦਾ ਆਸਣ ਲੱਗਿਆ ਹੋਇਆ ਹੈ। ਦਰਬਾਰ ਦੇ ਅੰਦਰ ਦੇਖੋ ਬਹੁਤ ਸਾਰੀਆਂ ਟਰੋਫੀਆਂ ਪਈਆਂ ਹੋਈਆਂ ਅਤੇ ਉਹ ਟਰੋਫੀਆਂ ਵਾ ਜਿਹੜੇ ਕਿ ਪਲੇਅਰ ਕਬੱਡੀ ਖੇਡਦੇ ਜਾਂ ਕ੍ਰਿਕਟ ਟੂਰਨਾਮੈਂਟ ਖੇਡਦੇ ਆ, ਉਹਨਾਂ ਨੂੰ ਟਰੋਫੀਆਂ ਜਿੱਤਦੇ ਆ ਅਤੇ ਉਹ ਇੱਥੇ ਦਰਬਾਰ 'ਤੇ ਚੜ੍ਹਾ ਜਾਂਦੇ ਆ। ਇੱਥੇ ਤੁਸੀਂ ਦੇਖ ਵੀ ਸਕਦੇ ਟਰੋਫੀਆਂ 'ਤੇ ਲਿਖਿਆ ਵੀ ਹੋਇਆ ਵਾ ਬੈਸਟ ਜਾਫੇ ਜਾਂ ਬੈਸਟ ਕ੍ਰਿਕਟਰ। ਲਓ ਜੀ ਆਪਾਂ ਆ ਗਏ ਹਾਂ ਬਾਪੂ ਜੀ ਦੇ ਆਰਾਮ ਘਰ ਤੋਂ ਬਾਹਰ, ਅਤੇ ਇਹ ਵੀ ਇੱਕ ਗੇਟ ਹੈ ਦਰਬਾਰ ਦੇ ਅੰਦਰ ਐਂਟਰੀ ਕਰਨ ਦਾ। ਦਰਬਾਰ ਦੇ ਅੰਦਰ ਐਂਟਰੀ ਕਰਨ ਦੇ ਟੋਟਲ 3 ਗੇਟ ਬਣੇ ਹੋਏ ਆ, ਤੁਸੀਂ ਕਿਸੇ ਵੀ ਗੇਟ ਤੋਂ ਦਰਬਾਰ ਦੇ ਅੰਦਰ ਐਂਟਰੀ ਕਰ ਸਕਦੇ ਹੋ। ਦਰਬਾਰ ਦਾ ਵਿਊ ਦੇਖੋ ਇੱਥੋਂ ਕਿੰਨਾ ਸੋਹਣਾ ਲੱਗ ਰਿਹਾ ਦਰਬਾਰ ਇੱਥੋਂ। ਆਪਾਂ ਮੱਥਾ ਟੇਕ ਕੇ ਆ ਗਏ ਜੀ ਦਰਬਾਰ ਤੋਂ ਬਾਹਰ, ਅਤੇ ਬਾਹਰ ਦੇਖੋ ਖਿਡੌਣਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ, ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਹੋਈਆਂ, ਬਹੁਤ ਰੌਣਕ ਲੱਗੀ ਹੋਈ ਹੈ ਦਰਬਾਰ 'ਤੇ। ਇਹ ਸੀ ਆਪਣਾ ਅੱਜ ਦਾ ਵਲੋਗ ਬਾਪੂ ਲਾਲ ਬਾਦਸ਼ਾਹ ਦਰਬਾਰ ਦਾ। ਹੁਣ ਆਪਾਂ ਮਿਲਦੇ ਹਾਂ ਅਗਲੇ ਵਲੋਗ 'ਚ, ਤਾਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਲਓ ਅਤੇ ਕਮੈਂਟ 'ਚ ਜੈਸਾ ਜੀ ਲਿਖਣਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।